ਦੁਖੀ ਆ ਸਾਡੀ ਜਿਹੜੀ ਪਾਲਿਸੀ ਬਣੀ ਆ ਕਾਨੂੰਨ ਬਣਿਆ ਉਹਨੂੰ ਪਾਲਣਾ ਕਰ ਦੋ ਅਸੀਂ ਰੋਡ ਤੇ ਬਿਲਕੁਲ ਤੁਹਾਡੇ ਨਾਲ ਸਹਿਮਤ ਆ ਨਹੀਂ ਖੜਨਾ ਚਾਹੁੰਦੇ ਤੇ ਜਿਹੜੇ ਮੰਤਰੀ ਦੇ ਘਰ ਗਏ ਦੀ ਕਿੱਦਾਂ ਦਾ ਰਵਈਆ ਸੀ ਉਹਨਾਂ ਦਾ ਉਹਨਾਂ ਦਾ ਰਵਈਆ ਇੰਨਾ ਰੁੱਖਾ ਸੀ ਮੈਂ ਤਾਂ ਕਹਿੰਦਾ ਇਹੋ ਜਿਹੇ ਮੰਤਰੀ ਹੋਣੇ ਨਹੀਂ ਚਾਹੀਦੇ ਪੰਜਾਬ ਦੇ ਵਿੱਚ ਇੱਕ ਸਿੱਧੇ ਕਹਿੰਦਾ ਜੀ ਮੈਂ ਤਾਂ ਇੱਕ ਫੁੱਟ ਜਗ੍ਹਾ ਨਹੀਂ ਦੇਣੀ ਚੱਕ ਕੇ ਕਾਰ 'ਚ ਬੈਠ ਗਿਆ ਤੇ ਤੁਸੀਂ ਚੀਫ ਮਿਨਿਸਟਰ ਨਾਲ ਵੀ ਮੁਲਾਕਾਤ ਕਰੋਗੇ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ 'ਚ ਅਗਰ ਗੱਲ ਕੋਈ ਸਾਹਮਣੇ ਆਉਂਦੀ ਆ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਹੁੰਦਾ ਹੁਣ ਤਾਂ ਅਸੀਂ ਤਾਂ ਗੱਲ ਕਰਾਂਗੇ ਕਿਉਂਕਿ ਸਾਨੂੰ ਹਰ ਵਾਰ ਬੁੱਧੂ ਬਣਾਇਆ ਗਿਆ ਸਾਨੂੰ ਝੂਠੇ ਮੇਰ ਨੇ ਲਾਰੇ ਲਾਏ ਆ ਸਵੇਰੇ ਬੁਲਾ ਕੇ ਗੱਲ ਕਰਾਂਗੇ ਅੱਜ ਬੁਲਾ ਕੇ ਗੱਲ ਕਰਾਂਗੇ ਸਥਿਤੀ ਉੱਥੇ ਦੇ ਉੱਥੇ ਆ ਮੇਅਰ ਸਾਹਿਬ ਵੀ ਗੁੰਮਰਾਹ ਕਰ ਰਹੇ ਆ ਕੀ ਕਰ ਰਿਹਾ ਵੀ ਸਾਈਡਾਂ ਬਣੀਆਂ ਪਈਆਂ ਉੱਥੇ ਜਾ ਕੇ ਸ਼ਿਫਟ ਹੋ ਜਾਓ ਮੇਅਰ ਸਾਹਿਬ ਤੁਸੀਂ ਸਾਡੇ ਨਾਲ ਚੱਲੋ ਅਫਸਰ ਤੁਸੀਂ ਨਾਲ ਲਵੋ ਨਾਲ ਲੈ ਕੇ ਸਾਨੂੰ ਬਿਠਾ ਦਿਓ ਲੋਕਾਂ ਨੂੰ ਗੁੰਮਰਾਹ ਨਾ ਕਰੋ ਮੀਡੀਆ ਨੂੰ ਗੁੰਮਰਾਹ ਨਾ ਕਰੋ ਬਿਆਨ ਨਾ ਦਿਓ ਬਿਆਨਬਾਜ਼ੀ ਬੰਦ ਕਰਕੇ ਕੰਮ ਕਰੋ ਅਸੀਂ ਤੁਹਾਡੇ ਨਾਲ ਜਿਸ ਵੀ ਦੇਖਿਆ ਕਿ ਰੇਹੜੀ ਵਜੇ ਨੇ ਜਿਹੜੇ ਪਿਛਲੇ ਕਾਫੀ ਲੰਬੇ ਸੰਘਰਸ਼ ਕਰ ਰਹੇ ਨੇ ਅੱਜ ਤੁਹਾਨੂੰ ਲੱਗਦਾ ਕਿ ਕੁਝ ਦਬਾਅ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪ੍ਰੋਟੈਸਟ ਨੂੰ ਰੋਕਣ ਲਈ ਨਹੀਂ ਦਬਾਅ ਤਾਂ ਸਾਨੂੰ ਕੋਈ ਨਹੀਂ ਪਾ ਰਿਹਾ ਵੀ ਪ੍ਰੋਗਰਾਮ ਤਾਂ ਸਾਡਾ ਸ਼ਾਂਤੀਪੂਰਨ ਨਹੀਂ ਹੁੰਦਾ ਹਜੇ ਤੱਕ ਫਿਲਹਾਲ ਸਾਡੇ 'ਤੇ ਕੋਈ ਦਬਾਅ ਨਹੀਂ ਪਾਇਆ ਗਿਆ ਚਾਹੇ ਕਿੰਨਾ ਬੰਦਾ ਇਕੱਠਾ ਹੋਣਾ ਘੱਟੋ ਘੱਟ ਬੰਦਾ ਤੁਸੀਂ ਆ ਵੀਡੀਓ ਬਣਾ ਲਓ ਹੁਣ ਸੰਖਿਆ ਦਾ ਮੈਂ ਗਿਣਤੀ ਤਾਂ ਕੀਤੀ ਨਹੀਂ ਹੈਗੀ ਅਜੇ ਲੋਕ ਹੋਰ ਵੀ ਆ ਰਹੇ ਆ ਦੇਖੋ ਜਦੋਂ ਲੋਕ ਸਭਾ ਇਲੈਕਸ਼ਨ ਆਇਆ ਸੀ ਨਵਨੀਤ ਸਿੰਘ ਬਿੱਟੂ ਵੀ ਆਇਆ ਬਾਜ਼ਾਰ 'ਚ ਲੰਘਿਆ ਮੈਨੂੰ ਦੇਖ ਕੇ ਮੇਰੀ ਪੈਰੀ ਹੱਥ ਲਾਉਣ ਲੱਗ ਗਿਆ ਕਹਿੰਦਾ ਪ੍ਰਧਾਨ ਜੀ ਮੈਂ ਤੁਹਾਨੂੰ ਦੇਖਿਆ ਤੇ ਮੈਂ ਤੁਹਾਨੂੰ ਮਿਲਣ ਆ ਗਿਆ ਉਦੋਂ ਤਾਂ ਇਹ ਚੀਜ਼ ਹੁੰਦੀ ਹੈ ਤੇ ਹੁਣ ਤਾਂ ਸਾਡਾ ਕਾਨੂੰਨ ਆਪਣਾ ਸੁਪਰੀਮ ਕੋਰਟ ਦੇ ਜਿਹੜੇ ਆਰਡਰ ਹੋਏ ਨੇ ਸਾਡੇ ਹੱਕ 'ਚ ਉਹਦੀ ਪਾਲਣਾ ਨਹੀਂ ਕੀਤੀ ਜਾ ਰਹੀ ਮੈਂ ਤਾਂ ਨਵਨੀਤ ਸਿੰਘ ਬਿੱਟੂ ਨੂੰ ਹੀ ਪੁੱਛਾਂਗਾ ਬਿੱਟੂ ਸਾਹਿਬ